मॉर्निंग जी, सवेर दे बज गए आ 11 ते अज महक दी लगी हुई है बड़ी हैवी ड्यूटी। अज महक सारिआं दे कपड़े प्रेस कर रही है ते असीं निकलण वाले आ, कुछ काम सी मार्केट दे अभी आया होया सी ते सानूं इह लाहा हुंदा कि उहनूं नाल लैके जिहड़े काम करन वाले उह कर लईए, क्योंकि अगे पिछे फिर टाइम नहीं ना मिलदा, पापा भी बिजी हुंदे आ, फिर जा नहीं हुंदा, जदों इह आ ते फिर असीं उदों ही जाईदा आ। मिलदे आ थोड़ी देर बाद। ਇੱਥੇ ਕੱਪੜੇ ਪ੍ਰੈਸ ਕਰ ਰਹੀ ਸੀਗੀ, ਦੋ ਮਿੰਟ ਲਈ ਬਾਹਰ ਕੇ ਗਈ ਤਾਂ ਮੈਂ ਤੁਹਾਨੂੰ ਬਾਹਰ ਦਿਖਾਉਂਦੀ ਹਾਂ, ਮਹਾ ਯੁੱਧ ਛਿੜ ਪਿਆ ਹੈ ਅਤੇ ਚਿੜੀਆਂ ਇੰਨੀਆਂ, ਮੈਂ ਤੁਹਾਨੂੰ ਦੇਖੋ ਜੀ, ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ, ਇੱਥੇ ਵੀ ਬੈਠੀਆਂ ਅੱਧੀਆਂ ਉੱਡੀ ਜਾ ਰਹੀਆਂ, ਇਹਨਾਂ ਨੂੰ ਕੀ ਦਿਸ ਰਿਹਾ ਹੈ। ਹੋਇਆ ਕੀ, ਇਸੇ ਸੋਚਣ ਵਾਲੀ ਗੱਲ ਹੈ, ਇੰਨਾ ਤਾਂ ਮੈਂ ਅਤੇ ਪਾਰਸ ਭਈਆ ਨਹੀਂ ਲੜਦੇ, ਇੰਨਾ ਤਾਂ ਮੈਂ ਤੇ ਪਾਰਸ ਭਈਆ ਨਹੀਂ ਲੜਦੇ ਜਿੰਨਾ ਇਹ ਲੜ ਰਹੀਆਂ ਆ। ਆਏ ਰੱਬਾ, ਓਏ ਮੇਰਾ ਰੋਟੀ ਖਾਣ ਦਾ ਦਿਲ ਨਹੀਂ ਸੀਗਾ, ਕਿਉਂਕਿ ਮੈਂ ਸਵੇਰੇ ਸਵੇਰੇ ਹੁਣ ਆਪਣੀ ਰੂਟੀਨ ਰੱਖੀ ਹੈ ਕਿ ਮੈਂ ਸਵੇਰੇ ਉੱਠ ਕੇ ਫਰੂਟਸ ਖਾਂਦੀ ਹਾਂ, ਅਤੇ ਮੰਮਾ ਕੱਟਣ ਲੱਗੇ ਸੀਗੇ। ਕਿਹੜਾ ਕਿਹੜਾ ਫਰੂਟ ਆ? ਏਦਾਂ ਲੱਗਦਾ ਕਿ ਪਾਈਨਐਪਲ ਦੇ ਨਾ ਫਰਾਕ ਜੀ, ਉਹਦੀ ਕਟਿੰਗ ਕਿੰਨੀ ਵਧੀਆ ਉਹਨੇ ਕਰਕੇ ਹੀ ਦਿੱਤਾ ਤੇ ਕਿੰਨਾ ਸੋਹਣਾ ਲੱਗਦਾ ਹੈ ਨਾ। ਪਾਈਨਐਪਲ ਨਾ ਮਿੱਠਾ ਬੜਾ ਟੇਸਟੀ ਸੀਗਾ, ਮੈਂ ਕੱਲ੍ਹ ਵੀ ਖਾਂਦਾ ਨਾ। ਅਤੇ ਪਾਈਨਐਪਲ ਦਾ ਅਸੀਂ ਰਹਿਤੇ ਦੀ ਰੈਸਿਪੀ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੇ, ਸ਼ਾਰਟ ਜ਼ਰੂਰ ਦੇਖਿਓ। ਅਨਾਰ ਕੱਢਣ ਦਾ ਸਟਾਈਲ ਨਾ ਬੜਾ ਵਧੀਆ ਆ, ਬੜੀ ਛੇਤੀ ਅਨਾਰ ਨਿਕਲ ਜਾਂਦਾ ਇੱਦਾਂ। ਇੱਧਰ ਕੱਟ ਹੋ ਰਿਹਾ ਅਨਾਰ, ਉੱਧਰ ਪਏ ਆ ਬੇਰ, ਇੱਧਰ ਪਾਈਨਐਪਲ। ਇੱਥੇ ਕਰ ਲਈ ਆ ਸ਼ਾਰਟਸ ਦੀ ਤਿਆਰੀ, ਕਿਉਂਕਿ ਮੰਮਾ ਰੋਜ਼ ਸ਼ਾਰਟਸ ਵੀ ਅਪਲੋਡ ਕਰਦੇ, ਤੁਸੀਂ ਜ਼ਰੂਰ ਦੇਖਿਆ ਕਰੋ। ਸਾਰੇ ਫਰੂਟ ਕੱਟ ਹੋ ਗਏ, ਸਾਰੇ ਹੁਣ ਮੈਂ ਖਾਊਂਗੀ। ਸ਼ਾਰਟ ਮੰਮਾ ਨੇ ਕਰ ਲਿਆ ਰੈਡੀ, ਤੇ ਤੁਸੀਂ ਜ਼ਰੂਰ ਜਾ ਕੇ ਦੇਖਣਾ ਤੇ ਲਾਈਕ ਵੀ ਜ਼ਰੂਰ ਕਰਨਾ। ਖਾ ਵੀ ਲਓ, ਜਲਦੀ ਜਲਦੀ ਖਾ ਲਓ, ਨਿਕਲੀਏ। ਪਹਿਲਾਂ ਫਰੂਟਸ ਖਾਊਂਗੀ, ਦੈਨ ਉਸ ਤੋਂ ਬਾਅਦ ਰੈਡੀ ਹੋ ਕੇ ਨਿਕਲਣਾ। ਆ ਤਾਂ ਛੱਡ ਜਾਂਦਾ, ਇਹ ਕਿਹਨੇ ਖਾਣਾ ਸੀਗਾ, ਇਹਨੂੰ ਕੀ ਪ੍ਰੋਬਲਮ ਆ? ਥੈਂਕਸ। ਨਹੀਂ ਨਹੀਂ, ਜਲਦੀ ਜਲਦੀ ਫਿਨਿਸ਼ ਕਰੋ ਛੇਤੀ ਛੇਤੀ। ਮੈਂ ਇੱਧਰ ਅਭੀ ਦਾ ਨਾਸ਼ਤਾ ਬਣਾਉਣ ਲੱਗੀ ਹਾਂ, ਕਿਉਂਕਿ ਉਹਨੇ ਹਜੇ ਨਾਸ਼ਤਾ ਕੀਤਾ ਨਹੀਂ ਸੀ, ਉਹ ਨਹਾ ਰਿਹਾ ਹੈ ਤੇ ਮੈਂ ਉਹਦਾ ਨਾਸ਼ਤਾ ਰੈਡੀ ਕਰੂੰਗੀ। ਤੇ ਨਾਸ਼ਤੇ ਦੇ ਵਿੱਚ ਮੈਂ ਸਿੰਪਲ ਪਰਾਂਠੀ ਬਣਾਉਂਗੀ, ਕੁਝ ਸਬਜ਼ੀ ਪਈ ਹੋਈ ਹੈ, ਥੋੜ੍ਹਾ ਦਹੀਂ ਹੈ, ਕਿਉਂਕਿ ਅੱਜ ਸਾਡੇ ਘਰ ਸਾਰੀਆਂ ਸਬਜ਼ੀਆਂ ਖਤਮ ਹੋ ਚੁੱਕੀਆਂ। ਮਾਰਕੀਟ ਹੁਣ ਜਾਵਾਂਗੇ ਤੇ ਆਉਂਦੇ ਹੋਏ ਫਿਰ ਸਬਜ਼ੀਆਂ ਜਿਹੜੀਆਂ ਉੱਥੋਂ ਲੈ ਕੇ ਆਵਾਂਗੇ। ਘਰੇ ਤੇ ਅੱਧੇ ਹੋਏ ਆਪਾਂ ਮੇਰੇ ਲਈ ਨੀ, ਸਾਰਿਆਂ ਲਈ ਪਕੌੜੇ ਲੈ ਕੇ ਆਏ। ਮੇਰਾ ਪਹਿਲਾਂ ਦਿਲ ਸੀਗਾ ਕਿ ਮੈਂ ਛੋਲੇ ਭਟੂਰੇ ਲੈ ਕੇ ਆਵਾਂ, ਪਰ ਮੰਮਾ ਨੇ ਮਨਾ ਕਰ ਦਿੱਤਾ ਤੇ ਫਿਰ ਮੇਰੇ ਅਭੀ ਭਈਆ ਨਾਲ ਸੀਗੇ, ਸੋ ਐਵਰੀਥਿੰਗ ਇਜ਼ ਪੋਸੀਬਲ ਵੈਨ ਹੀ ਇਜ਼ ਵਿਦ ਮੀ। ਤੇ ਇੰਨੀ ਚੱਕੀ ਹੋਈ ਸੀ ਦੋਨਾਂ ਜਿਹੜਿਆਂ ਨੇ, ਕਹਿਣ ਦੀ ਗੱਲ ਨਹੀਂ। ਉੱਥੋਂ ਪਹਿਲਾਂ ਕਹਿੰਦੀ ਜੀ ਛੋਲੇ ਕੁਲਚੇ ਖਾਣੇ, ਮੈਂ ਇਹਨੂੰ ਸਿੱਧਾ, ਮੈਂ ਘਰੇ ਚਲੋ ਬਿਲਕੁਲ ਨਹੀਂ ਖਾਣੇ ਹੈਗੇ, ਕਿਉਂਕਿ ਮੈਨੂੰ ਪਤਾ ਇਹਦਾ ਪੇਟ। ਇਸ ਕਰਕੇ ਆਪਾਂ ਪਕੌੜੇ ਲੈ ਕੇ ਆਏ ਹਨਾ, ਹੁਣ ਪਕੌੜੇ ਲੈ ਆਈ ਆ। ਉਹ ਵੀ ਮੇਰਾ ਪਲਾਨ ਨਹੀਂ ਸੀਗਾ, ਕਿਉਂਕਿ ਮੈਂ ਜੋ ਤੈਨੂੰ ਦਿੱਤਾ ਸੀ ਨਾ ਖਾਣ ਨੂੰ, ਮੈਂ ਤੈਨੂੰ ਵਧੀਆ ਖਵਾ ਕੇ। ਇੱਧਰ ਸਾਡੀ ਚਾਹ ਰੈਡੀ ਹੋ ਗਈ ਆ, ਚਾਹ ਪੀਣ ਹੀ ਲੱਗੇ ਸੀਗੇ ਤੇ ਪਾਪਾ ਵੀ ਆ ਗਏ, ਤਾਂ ਇੱਕ ਕੱਪ ਹੁਣ ਹੋਰ ਲੱਗੇਗਾ, ਇਹ ਅਭੀ ਦੀ ਤੇ ਉਹਦੇ ਪਾਪਾ ਦੀ ਚਾਹ, ਤੇ ਮੇਰੀ ਚਾਹ ਮੈਂ ਪਹਿਲਾਂ ਪਾ ਚੁੱਕੀ ਹਾਂ, ਇਹ ਵਾਲਾ ਕੱਪ ਮੇਰਾ ਆ, ਕਿਉਂਕਿ ਮੈਂ ਆਪਣੀ ਅਲੱਗ ਹੀ ਪਾਣੀ ਹੁੰਦੀ ਹਾਂ, ਕਿਉਂਕਿ ਇਹ ਫਿੱਕੀ ਚਾਹ ਹੁੰਦੀ ਹੈ ਅਤੇ ਕੱਪ ਦੇ ਕਰਕੇ ਪਹਿਚਾਣ ਹੋ ਜਾਂਦੀ, ਉਹ ਬਲੈਕ ਕੱਪ ਦੇ ਵਿੱਚ ਅਭੀ ਦੀ ਅਤੇ ਉਹਦੇ ਪਾਪਾ ਦੀ, ਇਹਦੇ ਵਿੱਚ ਮੇਰੀ ਆ। ਮੈਂ ਧੁੱਪੇ ਬੈਠੀ ਕਰ ਰਹੀ ਸੀ ਆਪਣੀ ਸਟੱਡੀ ਮਾਰਕੀਟ ਤੋਂ ਆ ਕੇ, ਤੇ ਪੜ੍ਹਦੇ ਪੜ੍ਹਦੇ ਮੈਨੂੰ ਆਉਣ ਲੱਗ ਪਈ ਨੀਂਦ, ਕਿਉਂਕਿ ਥੋੜ੍ਹਾ ਥੱਕ ਵੀ ਹੋ ਗਿਆ। ਤੇ ਮੰਮਾ ਲੈ ਕੇ ਆਏ ਆ ਨਾਰੀਅਲ ਪਾਣੀ, ਦੇਖੋ ਜੇ ਪੂਰਾ ਪੀ ਲਏ ਤਾਂ ਕੁਛ ਕਹਿ ਨਹੀਂ ਸਕਦੇ। ਮੈਨੂੰ ਨੀਂਦ ਬੜੀ ਆ ਰਹੀ ਸੀਗੀ ਤੇ ਮੰਮਾ ਨੂੰ ਕਿਹਾ ਮੈਨੂੰ ਪਾਣੀ ਦਿਓ, ਨੀਂਦ ਥੋੜ੍ਹੀ ਖੋਲ ਜਾਵੇ। ਹਾਂਜੀ, ਸੋ ਮੈਂ ਟਿਊਸ਼ਨ ਤੋਂ ਵਾਪਸ ਆ ਚੁੱਕੀ ਸੀਗੀ ਤੇ ਮੈਂ ਤੁਹਾਨੂੰ ਇੱਕ ਟ੍ਰੀ ਦਿਖਾਉਂਦੀ ਹਾਂ, ਉਹ ਆੜੂਆਂ ਦਾ ਪੇੜ ਹੈ, ਪੀਚੀਜ਼। ਇਕਦਮ ਭਰ ਗਿਆ ਨਾ ਫੁੱਲਾਂ ਦੇ ਨਾਲ, ਸੋਹਣੇ ਕਿੰਨੇ ਲੱਗਦੇ ਆ। ਦੇਖੋ ਕਿੰਨਾ ਫਲਾਵਰ ਨਾਲ ਪੂਰਾ ਭਰ ਗਿਆ, ਫਲਾਵਰਸ ਨਾਲ ਹੀ, ਤੇ ਇਹਨਾਂ ਦੇ ਉੱਪਰ ਹੁਣ ਵਾਈਟ ਤੇ ਪਿੰਕ ਫਰੂਟ ਆਣਗੇ। ਹਾਂ, ਫਰੂਟ ਆਣਗੇ, ਬਹੁਤ ਸੋਹਣਾ।